ਕਰਦੇ ਜੀ ਫਰਸਟ ਹੈਗੀ ਆ ਆਰਆਰਐਸਪੀ ਤੇ ਤੁਹਾਡੇ ਫਰਸਟ ਟਾਈਮ ਜਿਹੜਾ ਹੋਮ ਫਰਸਟ ਹੋਮ ਸੇਵਿੰਗ ਅਕਾਊਂਟ ਹੈ ਨਾ ਕੋਲੇ ਆਉ ਕਿਹੜੇ ਕਿਹੜੇ ਲੋਕਾਂ ਲਈ ਯੂਜ਼ ਆ ਕਿਉਂਕਿ ਜਦੋਂ ਮਾਰਗੇਜ ਤੋਂ ਪਹਿਲਾਂ ਤੁਹਾਡਾ ਇੱਕ ਪ੍ਰੋਸੈਸ ਹੁੰਦਾ ਵੀ ਤੁਸੀਂ ਡਾਊਨ ਪੇਮੈਂਟ ਕਿੱਥੇ ਸੇਵ ਕਰਨੀ ਹੈ ਸੋ ਉਹਦੇ ਲਈ ਤੁਹਾਡੇ ਕੋਲ ਬਹੁਤ ਵਧੀਆ ਦੋ ਅਕਾਊਂਟ ਹੈਗੇ ਜੀ ਜੇ ਤੁਸੀਂ ਆਰਆਰਐਸਪੀ ਦੇ ਵਿੱਚ ਕੰਟ੍ਰਿਬਿਊਟ ਕਰਦੇ ਆ ਤੁਸੀਂ ਉੱਥੇ 35000 ਡਾਲਰ ਦੇ ਹਿਸਾਬ ਦੇ ਨਾਲ ਇੱਕ ਪਰ ਪਰਸਨ ਤੁਸੀਂ ਉੱਥੋਂ ਵਿਦਰੋਅ ਕਰ ਸਕਦੇ ਆ ਪਰ ਓਨਲੀ ਜੇ ਤੁਸੀਂ ਉਹ ਚ ਪੈਸਾ ਕੰਟ੍ਰਿਬਿਊਟ ਕੀਤਾ ਵਾ ਜੀ ਜੇ ਤੁਹਾਡੇ ਕੋਲ 35000 4 ਈਚ ਅਕਾਊਂਟ ਦੇ ਵਿੱਚ ਤੁਸੀਂ ਜੇ ਹਸਬੰਡ ਵਾਈਫ ਆ ਤਾਂ ਤੁਸੀਂ 35000 ਡਾਲਰ ਈਚ ਪਰਸਨ ਇਸ RRSP RRSP ਅਕਾਊਂਟ ਦੇ ਵਿੱਚੋਂ ਕਢਵਾ ਸਕਦੇ ਆ ਤੇ ਉਸ ਦੇ ਨਾਂ ਨਾਲ ਪਰ ਸ਼ਰਤ ਇਹ ਹੈ ਵੀ ਤੁਹਾਨੂੰ ਕੁਝ ਟਾਈਮ ਬਾਅਦ ਇਹ ਜਿਹੜਾ ਪੈਸਾ ਰੀ ਕੰਟ੍ਰਿਬਿਊਟ ਕਰਨਾ ਪੈਗਾ ਇਸ ਅਕਾਊਂਟ ਦੇ ਵਿੱਚ ਦੂਸਰੇ ਹੱਥ ਤੇ ਤੁਸੀਂ ਦੇਖ ਰਹੇ ਹੋ ਫਰਸਟ ਹੋਮ ਸੇਵਿੰਗ ਅਕਾਊਂਟ ਇੱਕ ਬਹੁਤ ਵਧੀਆ ਟੂਲ ਹੈਗਾ ਜੀ ਅਕਾਊਂਟ ਹੈਗਾ ਗਵਰਨਮੈਂਟ ਵੱਲੀ ਜਿਹੜਾ ਕਿ ਹੁਣ ਲਾਂਚ ਕੀਤਾ ਗਿਆ ਹੈ ਇਹ ਕਾਊਂਟਰ ਦੇ ਵਿੱਚ ਤੁਸੀਂ ਫਰਸਟ ਜੇ ਕਰ ਲੈਣਾ ਮ ਉਹਦੇ ਲਈ ਸੇਵ ਕਰ ਸਕਦੇ ਹੋ ਸੋ 8000 ਡਾਲਰ ਐਜ਼ ਅ ਐਜ਼ ਅ ਪਰ ਪਰਸਨ ਤੁਸੀਂ ਇਹਦੇ ਵਿੱਚ ਕੰਟਰੀਬਿਊਟ ਕਰ ਸਕਦੇ ਆ ਜੇ ਤੁਸੀਂ ਹਸਬੰਡ ਵਾਈਫ ਹੋ ਤਾਂ ਤੁਸੀਂ ਟੋਟਲ 16000 ਡਾਲਰ ਪਰ ਸਾਲ ਦਾ ਕੰਟਰੀਬਿਊਟ ਕਰ ਸਕਦੇ ਆ ਜੇ ਤੁਸੀਂ 5 ਸਾਲ ਅਗਲੇ 5 ਸਾਲਾਂ ਨੂੰ ਕਰ ਲੈਣਾ 40 40000 ਡਾਲਰ ਤੁਸੀਂ ਟੋਟਲ ਕੰਟਰੀਬਿਊਟ ਕਰ ਸਕਦੇ ਆ ਤੇ ਜੇ ਉਹ ਤੁਸੀਂ ਪੈਸਾ ਇਸ ਅਕਾਊਂਟ ਦੇ ਵਿੱਚ ਪਾ ਕੇ ਅੱਗੇ ਇਨਵੈਸਟ ਕਰਦੇ ਹੋ ਅਗਲੇ 5 ਸਾਲਾਂ ਲਈ ਹੂੰ ਤਾਂ ਜੇ ਉਹ ਤੁਸੀਂ ਪੈਸਾ ਗਰੋ ਕਰ ਲੈਨੇ ਆ ਮੰਨ ਲਓ ਟੋਟਲ ਤੁਸੀਂ 80000 ਡਾਲਰ ਪਾਇਆ 5 ਸਾਲ ਲਈ ਪਰ ਜੇ ਉਹ ਤੁਸੀਂ ਗਰੋ ਕਰਕੇ ਉਹਨੂੰ 1 ਲੱਖ 1.5 ਲੱਖ ਡਾਲਰ ਤੱਕ ਲੈ ਜਾਣੇ ਆ ਤਾਂ ਤੁਸੀਂ ਸਾਰੇ ਦਾ ਸਾਰਾ ਪੈਸਾ ਡਾਊਨ ਪੇਮੈਂਟ ਲਈ ਟੈਕਸ ਫ੍ਰੀ ਕਢਾ ਸਕਦੇ ਆ ਬਿਲਕੁਲ ਰਾਈਟ ਸੋ ਟੈਕਸ ਫ੍ਰੀ ਕਢਾ ਕੇ ਤੁਸੀਂ ਸਿਰਫ ਡਾਊਨ ਪੇਮੈਂਟ ਲਈ ਯੂਜ਼ ਕਰ ਸਕਦੇ ਆ ਕਿਸੇ ਹੋਰ ਪਰਪਸ ਲਈ ਨਹੀਂ ਕਰ ਸਕਦੇ ਜੀ ਸੋ ਇਹ ਦੇ ਵਿੱਚ ਰეკਮੈਂਡੇਸ਼ਨ ਹੈਗੀ ਆ ਸੋ ਜੇ ਤੁਸੀਂ ਕੱਲ ਨੂੰ ਇਸ ਪੈਸੇ ਇਸ ਅਕਾਊਂਟ ਦੇ ਵਿੱਚ ਯੂਜ਼ ਕਰਦੇ ਇਸ ਅਕਾਊਂਟ ਵਿੱਚ ਪੈਸਾ ਪਾਉਨੇ ਆ ਤੇ ਕੱਲ ਨੂੰ ਤੁਸੀਂ ਕਰ ਨਹੀਂ ਲੈਂਦੇ ਹੈਗੇ ਫਿਰ ਇਸ ਨੂੰ ਤੁਹਾਡੇ ਕੋਲ ਆਪਸ਼ਨ ਵੀ ਹੈਗਾ ਵਾ ਤੁਸੀਂ ਆਰਆਰਐਸਪੀ ਵਿੱਚ ਵੀ ਪੈਸਾ ਨੂੰ ਮੂਵ ਕਰ ਸਕਦੇ ਹੋ ਤੇ ਪਰ ਇਹਦੇ ਵਿੱਚ ਹਦਾਇਤ ਇਹੀ ਹੈ ਵੀ ਤੁਸੀਂ ਇਹ ਜਿਹੜਾ ਪੈਸਾ ਵਾ ਜਿਹੜਾ ਫਰਸਟ ਹੋਮ ਸੇਵਿੰਗ ਅਕਾਊਂਟ ਦੇ ਵਿੱਚ ਪਾਉਂਗੇ ਇਹ ਪੈਸਾ ਓਨਲੀ ਐਂਡ ਓਨਲੀ ਤੁਹਾਡਾ ਸਿਰਫ ਘਰ ਬਾਇੰਗ ਕਰਨ ਲਈ ਜਾਣਾ ਚਾਹੀਦਾ ਇਦਾਂ ਨਹੀਂ ਵੀ ਤੁਸੀਂ ਪੈਸਾ ਕਢਾ ਕੇ ਗੱਡੀ ਲੈ ਲਈ ਹੂੰ ਹੂੰ ਸੋ ਜੇ ਤੁਸੀਂ ਪੈਸਾ ਹੋਰ ਕਿਸੇ ਪਰਪਸ ਲਈ ਖਰਵਾਉਣਾ ਹੈ ਤਾਂ ਤੁਹਾਨੂੰ ਉਸ ਦੇ ਉੱਤੇ ਜਿਹੜਾ ਹੈਗਾ ਪੈਸੀ ਪੇ ਕਰਨੇ ਪੈਣੇ ਟੈਕਸ ਪੇ ਕਰਨਾ ਪਣਾਇਆ ਜੀ ਉਹ ਜਿਹੜਾ ਟੈਕਸ ਜਿਹੜਾ ਤੁਸੀਂ ਪਹਿਲਾਂ ਪਹਚਾਇਆ ਸੀ ਕਿਉਂਕਿ ਇਹਨਾਂ ਟੈਕਸ ਡੈਫਰਰ ਵਾਸਤੇ ਵੀ ਹੈਲਪ ਕਰਦਾ ਆ ਜੀ ਸੋ ਜਿਹੜਾ ਇਨੀਸ਼ੀਅਲੀ ਜੇ ਤੁਸੀਂ ਐਫਐਸਐਚ 'ਚ ਪਾਉਨੇ ਆ ਤੇ ਤੁਹਾਨੂੰ ਟੈਕਸ ਬ੍ਰੀਕ ਵੀ ਮਿਲਦੀ ਹੈਗੀ ਜੇ ਤੁਹਾਡੀ ਪੇ ਰੋਲ ਤੇ ਬੇਸਿਕਲੀ ਤੁਸੀਂ ਹੈਗੇ ਹੁੰਦਾ ਜੀ ਸੋ ਇਹਦੇ ਵਿੱਚ ਐਨੂਅਲ ਕੰਟਰੀਬਿਊਸ਼ਨ ਮਿਲਦੀ ਹੈ ਜੀ ਪਰ ਸਾਲ ਕੈਲੰਡਰ ਈਅਰ ਦੇ ਵਿੱਚ ਤੁਸੀਂ 8000 ਡਾਲਰ ਪਰ ਪਰਸਨ ਕੰਟਰੀਬਿਊਟ ਕਰ ਸਕਦੇ ਆ ਟੋਟਲ ਜਿਹੜਾ ਲਾਈਫਟਾਈਮ ਕੰਟਰੀਬਿਊਸ਼ਨ ਹੈਗਾ 40000 ਦਾ ਪਰ ਪਰਸਨ ਬਣਦਾ ਹੈ ਤੇ ਐਨੂਲੀ ਕੰਟਰੀਬਿਊਸ਼ਨ ਜਿਹੜੀ ਹੈਗੀ ਕੈਨ ਬੀ ਡਿਡਕਟਡ ਵੈਨ ਯੂ ਫਾਈਲ ਯੋਰ ਟੈਕਸਸ ਤਾਂ ਕਿ ਤੁਸੀਂ ਇਹਦੇ ਦੇ ਉੱਤੇ ਪੈਸਾ ਸੇਵ ਕਰ ਸਕੋ ਬਹੁਤ ਵਧੀਆ ਚੀਜ਼ ਹੈਗੀ ਹੈ ਜਿਹੜੇ ਖਾਸ ਕਰਕੇ ਲੋਕ ਹੈਗੇ ਆ ਟੈਕਸ ਪੇ ਕਰਦੇ ਆ ਪੇ ਰੋਲ ਤੇ ਆ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈਗੀ ਹੈ ਜੀ ਕਾਉਜ਼ ਉਹ ਜਿਹੜਾ ਹੈਗਾ ਆਪਣਾ ਜੇ ਮੰਨ ਲਓ ਤੁਸੀਂ 10000 ਕਮਾਇਆ 8000 ਤੁਸੀਂ ਫਰਸਟ ਟਾਈਮ ਹੋਮ ਸੇਵਿੰਗ ਅਕਾਊਂਟ ਦੇ ਵਿੱਚ ਪਾਤਾ ਤੇ ਤੁਹਾਡਾ ਪਿੱਛੇ ਸਿਰਫ 42000 ਡਾਲਰ ਰਹਿਗੇ ਜਿਹਦੇ ਤੁਸੀਂ ਟੈਕਸ ਭਰਨਾ ਮਤਲਬ ਤੁਸੀਂ 8000 ਡਾਲਰ ਦੇ ਉੱਤੇ ਟੈਕਸ ਨਹੀਂ ਭਰੋਗੇ ਸੋ ਇਹ ਇੱਕ ਬਹੁਤ ਹੀ ਚੀਜ਼ ਹੈਗੀ ਜੇ ਕਿਸੇ ਨੇ ਇੱਕ ਜਾਂ ਦੋ ਸਾਲ ਦੇ ਵਿੱਚ ਕਰ ਲੈਣਾ ਵਾ ਉਸ ਤੋਂ ਬਾਅਦ ਜਿਹੜੇ ਲੋਕ ਸੋਚਦੇ ਵੀ ਅਸੀਂ ਤਿੰਨਾਂ ਚਾਰਾਂ ਸਾਲ ਨੂੰ ਲੈਣਾ ਉਹ ਇਹ ਪੈਸੇ ਨੂੰ ਗਾ ਇਨਵੈਸਟ ਕਰ ਸਕਦੇ ਆ ਇਹਨੂੰ ਗਰੋਅ ਕਰ ਸਕਦੇ ਆ ਤੇ ਐਂਡ ਤੇ ਇਹਨੂੰ ਪੈਸੇ ਨੂੰ ਜਿਹੜਾ ਟੈਕਸ ਫਰੀ ਤੁਸੀਂ ਕਢਾ ਸਕਦੇ ਹੋ ਪਰ ਤੁਸੀਂ ਕਢਾ ਸਿਰਫ ਮੇਨ ਘਰ ਬਾਏ ਕਰਨ ਦੇ ਲਈ ਸਕਦੇ ਆ ਗਵਰਨਮੈਂਟ 1% ਪੈਨਲਟੀ ਚਾਰਜ ਕਰਦੀ ਹੈ ਜੇ ਤੁਸੀਂ ਇਸ ਪੈਸੇ ਨੂੰ 8000 ਡਾਲਰ ਤੋਂ ਵੱਧ ਕੰਟਰੀਬਿਊਟ ਕਰਦੇ ਆ ਜੀ ਸੋ 8000 ਹੀ ਕਰਨਾ ਮੈਕਸਿਮਮ ਉਸ ਤੋਂ ਵੱਧ ਤੁਸੀਂ ਪੈਸਾ ਨਹੀਂ ਪਾਉਣਾ ਐਂਡ ਜੇ ਤੁਸੀਂ ਇੱਕ ਵਾਰੀ ਘਰ ਇੱਕ ਵਾਰੀ ਇਹਨੂੰ ਯੂਜ਼ ਕਰ ਲਿਆ ਫਿਰ ਇਹਨੂੰ ਦੁਬਾਰਾ ਓਪਨ ਨਹੀਂ ਕਰ ਸਕਦੇ ਐਂਡ ਜੇ ਤੁਸੀਂ ਸਪਾਊਸ ਦੇ ਵਿੱਚੋਂ ਇੱਕ ਇੱਕ ਬੰਦੇ ਨੇ ਵੀ ਓਨ ਕੀਤਾ ਵਾ ਘਰ ਤਾਂ ਵੀ ਤੁਸੀਂ ਇਹਨੂੰ ਨਹੀਂ ਖੋਲ ਸਕਦੇ ਹੈਗੇ ਇਹ ਸਿਰਫ ਓਨਲੀ ਫਰਸਟ ਟਾਈਮ ਹੋਮ ਬਾਏਰ ਦੇ ਲਈ ਆ ਅਮ ਤੇ ਇਹਨੂੰ ਸਿਰਫ ਘਰ ਬਾਏ ਕਰਨ ਦੇ ਪ੍ਰੋਸੈਸ ਚ ਹੀ ਤੁਸੀਂ ਯੂਜ਼ ਕਰ ਸਕਦੇ ਆ ਜੀ ਰਾਈਟ ਤੋ ਇਹਦੇ ਵਿੱਚ ਇੱਕ ਕੁਐਸਚਨ ਵੀ ਆਇਆ ਵਾ ਜੇ ਹੁਣ ਆਰਆਰਐਸਪੀ ਦੇ ਵਿੱਚ ਹੈਗਾ ਆ ਕਿਸੇ ਨੇ ਤੋ ਦੋਨੋਂ ਇਕੱਠੇ ਯੂਜ਼ ਕਰ ਸਕਦੇ ਆ ਆਰਆਰਐਸਪੀ ਐਫਐਸਐ ਵਿੱਚ ਆਈ ਡੋਨਟ ਥਿੰਕ ਸੋ ਰਾਈਟ ਕਿਉਂਕਿ ਉਹਦੇ ਵਿੱਚ ਹੋਮ ਬਾਰ ਦੇ ਅੰਡਰ ਆਂਦਾ ਆ ਇਹ ਇਹਦੇ ਵਿੱਚ ਆ ਦੋਨੇ ਯੂਜ਼ ਕਰ ਸਕਦੇ ਮੀਨਜ਼ ਡਿਪੈਂਡ ਕਰਦਾ ਵੀ ਤੁਹਾਡੇ ਕੋ ਆ ਹਮ ਜੇ ਮੈਨਲੀ ਪੈਸੇ ਪਏ ਆਈ ਥਿੰਕ ਬੈਸਟ ਸਿਨੈਰੀਓ ਪੋਸੀਬਲੀ ਬਣਦਾ ਵੀ ਤੁਸੀਂ ਫਰਸਟ ਹੋਮ ਸੇਵਿੰਗ ਅਕਾਊਂਟ ਦੇ ਵਿੱਚ ਜਿੰਨੀ ਤੁਹਾਡੀ ਲਿਮਟ ਆ ਉਹਨੂੰ ਤਾਂ ਉਹਨਾਂ ਫੁੱਲੀ ਯੂਜ਼ ਕਰੋ ਜੀ ਆਮ ਆਈ ਥਿੰਕ ਤੁਸੀਂ ਦੋਨੇ ਯੂਜ਼ ਕਰ ਸਕਦੇ ਆ ਬਿਕੋਜ਼ ਅਗੇਨ ਉਹ ਪਰਪਸ ਦਾ ਸਿਰਫ ਉਹਦੇ ਲਈ ਪਰ ਇਹ ਤੇ ਮੈਂ 100% ਕਲੀਅਰ ਨਹੀਂ ਹੈਗਾ ਸੋ ਇਹ ਤੁਹਾਨੂੰ ਆਪਣੇ ਜਿਹੜਾ ਤੁਹਾਡਾ ਅਕਾਊਂਟੈਂਟ ਹੈਗਾ ਵਾ ਜਿਨ੍ਹਾਂ ਨੇ ਐਂਡ ਦਾ ਐਂਡ ਦਾ ਇਹ ਤੁਸੀਂ ਟੈਕਸ ਫਾਈਲ ਕਰਨਾ ਤੁਸੀਂ ਉਹਨਾਂ ਨਾਲ ਜਰੂਰ ਸਲਾਹ ਮਸ਼ਵਰਾ ਕਰਿਓ ਇੱਕ ਵਾਰੀ ਪ੍ਰੋਬਲਮ ਕੀ ਹੈ ਆਰ ਆਰ ਐਸ ਪੀ ਹੈ ਨਾ ਟੈਂਪਰੇਰੀ ਤੁਸੀਂ ਵਿਡਰੋ ਕਰ ਸਕਦੇ ਹੋ ਬਟ ਯੂ ਹੈਵ ਟੂ ਰੀਕੰਟ੍ਰਿਬਿਊਟ ਜੀ एफएसए च ए ਨਹੀਂ ਹੈਗਾ एफएसए ਇੱਕ ਵਾਰ ਯੂਜ਼ ਹੋ ਗਿਆ ਦੈਨ ਕਾਉਂਟ ক্লোਜ਼ ਗੱਲ ਕੱਲ੍ਹ ਵਾਤ ਖਤਮ ਰਾਈਟ ਸੋ ਉਹ ਬੈਸਟ ਹੈਗੀ ਤੁਸੀਂ ਕੋ ਰੀ ਕੰਟਰੀਬਿਊਟ ਨਹੀਂ ਕਰਨਾ ਕੁਝ ਨਹੀਂ ਕਰਨਾ ਹੈਗਾ ਸੋ ਆਰਆਰਸੀ ਦੇ ਵਿੱਚ ਤੁਸੀਂ ਕਢਾ ਵੀ ਲੈਨੇ ਹੋ ਤਾਂ ਤੁਹਾਨੂੰ ਯੂ ਸਟਿਲ ਹੈਵ ਟੂ ਹੌਲੀ ਹੌਲੀ ਕਰ ਕਰੀ ਕੰਟਰੀਬਿਊਟ ਕਰਨਾ ਪੈਂਦਾ ਜੀ ਜੀ ਸੋ ਯੈਸ ਯੂ ਕੈਨ سنی ਕੁਮਾਰ ਉਹਨੇ ਕਿਹਾ ਜੀ ਬਿਲਕੁਲ ਸੋ ਲੋਕ ਕਰਦੇ ਨੇ ਜਿਨ੍ਹਾਂ ਨੇ ਪੁਰਾਣਾ ਆਰਆਰਸੀ ਵਿੱਚ ਕੀਤਾ ਸੀਗਾ ਤੇ ਉਹ ਹੋਮ ਬਾਇਰ ਦੇ ਅੰਦਰ ਆ ਕੇ ਉਹ ਵੀ ਕਰ ਲੈਂਦੇ ਨੇ ਖਾਸ ਕਰਕੇ ਆਈ ਥਿੰਕ ਜੇ ਤੁਸੀਂ ਅ ਲਿਮਿਟ ਰੀਚ ਨਹੀਂ ਕੀਤੀ ਹੈਗੀ ਐਫਐਸਐਚ ਨੇ ਸੋ ਇਹ ਥੋੜਾ ਜਿਹਾ ਡਿਪੈਂਡ ਕਰਦਾ ਹੈ ਜਿਵੇਂ ਮੈਂ ਮਾ ਵੀ ਨਹੀਂ ਕਿਹਾ ਇੱਕ ਵਾਰੀ ਕਲੀਅਰ ਕਰਨਾ ਪਵੇ ਜੀ ਇੱਕ ਕੁਐਸਚਨ ਆਇਆ ਸੀ ਕਿੰਦੇ ਡਿਡਨਟ ਆਰਐਸਪੀ ਵਿਦ ਲੋ ਅਮਾਉਂਟ ਚੇਂਜਡ ਫਰਮ 35 ਟੂ 60 ਕਿ ਆ ਇਹ ਦੇ ਵਿੱਚ ਮੈਨੂੰ ਥੋੜੀ ਜਿਹੀ ਕਲੀਫੀਕੇਸ਼ਨ ਚਾਹੀਦੀ ਹੈ ਜੀ ਸ਼ਾਇਦ ਚੇਂਜ ਹੋ ਚੁੱਕਿਆ ਪਰ 100% ਜਿਹੜਾ ਹੈਗਾ ਵਾ ਮੈਂ ਤੁਹਾਨੂੰ ਇਹ ਤੇ ਗਾਰੰਟੀ ਨਹੀਂ ਦੇ ਸਕਦਾ ਪਰ ਪਤਾ ਕਰਕੇ ਤੁਹਾਡੇ ਨਾਲ ਜਰੂ ਸ਼ੇਅਰ ਕਰਦਾ ਕਿ ਕਿ ਨਾ <tom> 35 ਤੋਂ 60 ਤੇ ਹੋਇਆ I think ਮੈਨੂੰ ਕਿਸੇ ਹੋਰ ਨੇ ਵੀ 1-2% ਪਹਿਲਾਂ ਹੀ ਕੁਐਸਚਨ ਪੁੱਛਿਆ ਸੀ। ਸੋ ਇਹਦੇ ਵਿੱਚ ਥੋੜੀ ਪਰ ਉਹੀ ਆ ਵੀ ਤੁਹਾਡੇ ਕੋਲ ਉਹਨਾਂ ਪੈਸਾ ਉਹਦੇ ਵਿੱਚ ਪਿਆ ਹੋਣਾ ਚਾਹੀਦਾ ਹੈ। ਤੁਸੀਂ ਕਢਾ ਤਾਂ ਹੀ ਸਕਦੇ ਜੇ ਤੁਸੀਂ ਕੰਟ੍ਰਿਬਿਊਟ ਕੀਤਾ ਆ। ਇਹ ਨਹੀਂ ਵੀ ਤੁਸੀਂ 35 ਪਾ ਕੇ 60 ਕਢਾ ਸਕਦੇ ਆ। ਸੋ ਜੇ ਤੁਸੀਂ ਕੰਟ੍ਰਿਬਿਊਟ ਕੀਤਾਗਾ ਇਹਨਾਂ ਪੈਸਾ ਤੁਹਾਡੇ ਆਰਐਸਪੀ ਚ ਪਿਆ ਆ। ਫਿਰ ਤੁਸੀਂ ਕਢਾ ਸਕਦੇ ਆ ਪਰ ਨਹੀਂ ਹੋਇਆ ਨਹੀਂ ਹਲੇ। ਹਾਂਜੀ ਸੋ ਮੈਂ ਵੀ ਸ਼ਾਇਦ ਹਜੇ ਉਹਦੇ ਦੀ ਨਿਊਜ਼ ਹੀ ਆਈ ਆ ਪਰ ਜੀ ਪਰ ਮੈਨੂੰ ਲੱਗਦਾ ਨਹੀਂ ਕਰਨਗੇ ਕਿਉਂਕਿ ਜੇ ਉਹਨਾਂ ਨੇ ਐਫਐਸਐਚ ਦੇ ਨਵਾਂ ਸਿਸਟਮ ਲੈ ਕੇ ਆਂਦਾ ਆ ਤਾਂ ਫਿਰ ਆਈ ਡੋਨਟ ਥਿੰਕ ਸੋ ਦੇ ਵਾਂਟ ਟੂ ਡਿਸਕਰੇਜ ਵੀ ਜਿਨ੍ਹਾਂ ਨੇ ਪਹਿਲਾਂ ਨਹੀਂ ਕੀਤਾ ਆ ਤਾਂ ਉਹ ਸ਼ਾਇਦ ਨਾ ਕਰਨ ਆ ਗਿਆ ਰਸ ਦੇ ਵਿੱਚ ਸੋ ਆਰਆਰਐਸਪੀ ਐਕਚੁਅਲੀ ਐਫਐਸਐਚ ਇਸ ਜ਼ਰੂਰ ਪਾਓ ਤੁਸੀਂ ਪੈਸੇ ਈਵਨ ਤੁਹਾਡਾ ਲੈਸ ਮੇਬੀ ਵਾਲਾ ਸਿਨੈਰੀਓ ਆ ਵੀ ਘਰ ਲੈਣਾ ਵੀ ਨਹੀਂ ਲੈਣਾ 4-5 ਸਾਲ ਬਾਅਦ ਰਹੀ ਕਿਉਂਕਿ ਸਟਿਲ ਯੂ ਕੈਨ ਮੂਵ ਮਨੀ ਟੂ ਦਾ ਆਰਆਰਐਸਪੀ ਲੇਟਰ ਆਨ ਆ ਸੋ ਤੁਸੀਂ ਉਹਦੇ ਚ ਜ਼ਰੂਰ ਪਾ ਕੇ ਰੱਖੋ ਤੇ ਜੇ ਤੁਸੀਂ ਕਢਾਉਣਾ ਪਿਆਗੇ ਜਦੋਂ ਕਰ ਲੈਣਾ ਤਾਂ ਤੁਹਾਨੂੰ ਈਜ਼ੀ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਦੇ ਚ ਨਾ ਰੀਕੰਟਰੀਬਿਊਟ ਕਰਨਾ ਹੈ ਜੀ ਸੋ ਜਿਹੜੀ ਸਲਾਈਡ ਤੁਸੀਂ ਅੱਗੇ ਦੇਖ ਰਹੇ ਹੋ ਇਹ ਮਾਰਗੇਜਿਸ ਕਿੱਦਾਂ ਕੰਮ ਕਰਦੀਆਂ ਨੇ ਸੋ ਜਿਹੜੀ ਮਾਰਗੇਜਿਸ ਤੇ ਕੰਮ ਕਰਦੇ ਬਿਫੋਰ ਕਿ ਯੂ ਚੂਜ਼ ਐਨੀ ਪ੍ਰੋਡਕਟ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡਾ ਜਿਹੜਾ ਪ੍ਰੋਡਕਟ ਹੈਗਾ ਉਹਦੇ ਵਿੱਚ ਮੈਟਰ ਕੀ ਕਰਦਾ ਖਾਸ ਕਰਕੇ ਜਿਹੜੀਆਂ ਮਾਰਗੇਜਿਸ ਦੇ ਵਿੱਚ ਚਾਰ ਚੀਜ਼ਾਂ ਮੇਨ ਮੈਟਰ ਕਰਦੀਆਂ ਹੁੰਦੀਆਂ ਨੇ ਉਹ ਤੁਹਾਡੀ ਇਨਕਮ ਤੁਹਾਡਾ ਲੋਨ ਤੁਹਾਡਾ ਕ੍ਰੈਡਿਟ ਤੇ ਤੁਹਾਡੀ ਡਾਊਨ ਪੇਮੈਂਟ ਰਾਈਟ ਜੀ ਸੋ ਜਿਹੜੇ ਇਹ ਨੰਬਰਸ ਹੁੰਦੇ ਨੇ ਯੂਸੂअली ਪੰਜੰਨ ਕੀਤੇ ਜਾਂਦੇ ਆ ਤੁਹਾਡੇ ਫਾਈਨ ਲੋਜਿਕ ਸਿਸਟਮ ਦੇ ਵਿੱਚ ਤੇ ਜਿੱਥੋਂ ਤੁਹਾਡੀ ਪਤਾ ਕੀਤੀ ਜਾਂਦੀ ਵੀ ਤੁਹਾਡਾ ਜੀ ਡੀ ਐਸ ਤੇ ਟੀ ਡੀ ਸਟੇਸ਼ਿਓ ਕੀ ਆ ਉਸ ਤੋਂ ਬਾਅਦ ਤੁਹਾਨੂੰ ਬਜਟ ਦਿੱਤਾ ਜਾਂਦਾ ਤੇ ਉਸ ਬਜਟ ਦੇ ਪ੍ਰੀ ਅਪਰੂਵਲ ਦੇ ਵਿੱਚ ਤੁਹਾਨੂੰ ਟਾਈਮ ਦਿੱਤਾ ਜਾਂਦਾ ਵੀ ਤੁਸੀਂ ਇਹਨੇ ਟਾਈਮ ਦੇ ਵਿੱਚ ਵਿੱਚ ਇਹੜਾ ਆਪਣਾ ਘਰ ਬਾਏ ਕਰ ਸਕਦੇ ਹੋ ਜੀ ਸੋ ਜੀ ਡੀ ਐਸ ਟੀ ਡੀ ਐਸ ਰੇਸ਼ਿਓ ਕੀ ਹੁੰਦਾ ਵੀ ਤੁਹਾਡਾ ਗ੍ਰਾਸ ਡੈਟ ਸਰਵਿਸ ਰੇਸ਼ਿਓ ਤੇ ਤੁਹਾਡਾ ਟੋਟਲ ਡੈਟ ਸਰਵਿਸ ਰੇਸ਼ਿਓ ਸੋ ਇਹਨਾਂ ਨੇ ਗਵਰਨਮੈਂਟ ਨੇ ਬੜਾ ਵਧੀਆ ਪ੍ਰੋਗਰਾਮ ਬਣਾਇਆ ਸੀ ਵੀ ਜਿਹੜਾ ਤੁਹਾਡਾ ਟੋਟਲ ਜਿਹੜੀ ਇਹ ਰੇਸ਼ੀਓਜ਼ ਹੋਣੀਆਂ ਚਾਹੀਦੀਆਂ ਉਹ 39.9 ਸਮਥਿੰਗ ਹੋਣੀਆਂ ਚਾਹੀਦੀਆਂ ਤਾਂ ਕਿ ਜੇ ਤੁਸੀਂ 100 ਡਾਲਰ ਕਮਾਉਨੇ ਆ ਸਿਰਫ ਜਿਹੜਾ ਤੁਹਾਡੇ ਕੰਟਰੀਬਿਊਸ਼ਨ ਆ ਇਹ ਟੋਟਲ ਡੈਟਸ ਨੂੰ ਸਰਵ ਕਰਨ ਲਈ ਸਿਰਫ 40 ਡਾਲਰ ਤੱਕ ਜਾਵੇ 60 ਡਾਲਰ ਦੇ ਵਿੱਚ ਤੁਸੀਂ ਆਪਣਾ ਘੁੰਮੋ ਫੇਰੋ ਖਾਓ ਸੇਵ ਕਰੋ ਸਾਰਾ ਕੁਝ ਇੰਜੋਇਮੈਂਟ ਕਰੋ ਪਰ ਇਹ ਸਿਰਫ ਇੱਕ ਨੰਬਰ ਜਾਂ ਇੱਕ ਪ੍ਰੈਕਟੀਕਲ ਜੇ ਤੌਰ ਤੇ ਆਪਾਂ ਦੇਖੀਏ ਤਾਂ ਬਹੁਤ ਚੇਂਜ ਹੋ ਚੁੱਕੇ ਨੇ ਨੰਬਰ ਬਿਕੋਜ਼ ਆਮ ਅੱਜ ਲੋਕ ਹੈਗਾ 80 90% ਤੱਕ ਡੈਟ ਰੇਸ਼ੋ ਵੀ ਚੱਕੀ ਫਿਰਦੇ ਨੇ রাইਟ ਸੋ ਪਰ ਉਹਦੇ ਕਰਕੇ ਹੋਈ ਜਾਂਦਾ ਵੀ ਤੁਹਾਡੀ ਜਿਹੜੀ ਲਾਈਫ ਕੰਸਟ੍ਰੇਨ ਹੋ ਜਾਂਦੀ ਆ ਤੁਸੀਂ ਕਿਤੇ ਬਾਹਰ ਅੰਦਰ ਨਹੀਂ ਜਾ ਸਕਦੇ ਤੁਸੀਂ ਕੰਫਰ ਨਹੀਂ ਸਕਦੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਡਿਪੈਂਡ ਕਰਦੀਆਂ ਹੁੰਦੀਆਂ ਇਸ ਚੀਜ਼ ਦੇ ਉੱਤੇ ਬਟ ਇਹ ਜਿਹੜੀਆਂ ਚਾਰ ਮੇਨ ਚੀਜ਼ਾਂ ਕਨਸਿਡਰ ਕੀਤੀਆਂ ਜਾਂਦੀਆਂ ਜਦੋਂ ਤੁਸੀਂ ਮਾਰਗੇਜ ਲਈ ਅਪਲਾਈ ਕਰਦੇ ਹੋ ਜਾਂ ਮਾਰਗੇਜ ਲਈ ਲੈਣ ਜਾਂਦੇ ਹੋ ਇਹ ਜਿਹੜਾ ਹੈਗਾ ਤੁਹਾਡੀ ਇਨਕਮ ਹੋ ਗਿਆ ਤੁਹਾਡਾ ਲੋਨ ਆ ਕ੍ਰੈਡਿਟ ਆ ਡਾਊਨ ਪੇਮੈਂਟ ਹੈ ਇਹ ਚਾਰ ਚੀਜ਼ਾਂ ਤੁਹਾਡੇ ਤੋਂ ਜਿਹੜਾ ਤੁਹਾਡਾ ਮਾਰਗੇਜ ਐਡਵਾਈਜ਼ਰ ਆ ਉਹ ਪੁੱਛੇਗੇ ਪੁੱਛੇਗਾ ਸੋਨੇ ਵਰਕ ਕਿਦਾਂ ਕਰਦੀ ਹੈ ਡਿਟੇਲ ਦੇ ਵਿੱਚ ਤੁਹਾਡੀ ਇਨਕਮ ਕਿਦਾਂ ਵਰਕ ਕਰਦੀ ਆ ਲੋਨ ਦਾ ਕਿਦਾਂ ਇੰਪੈਕਟ ਪੈਂਦਾ ਤੁਹਾਡੇ ਏਰੀਆ ਮਾਰਗੇਜ ਪ੍ਰੂਵਲ ਦੇ ਉੱਤੇ ਜੀ ਉਸ ਤੋਂ ਬਾਅਦ ਤੁਹਾਡਾ ਕ੍ਰੈਡਿਟ ਕਿਦਾਂ ਇੰਪੈਕਟ ਕਰਦਾ ਤੁਹਾਡੇ ਮਾਰਗੇਜ ਕਰਾਤੀ ਦੀ ਇਹਨੂੰ ਤੇ ਉਸ ਤੋਂ ਬਾਅਦ ਤੁਹਾਡੇ ਡਾਊਨ ਪੇਮੈਂਟ ਕਿਦਾਂ ਵਰਕ ਆਊਟ ਹੁੰਦੀ ਹੈ ਇਸ ਚੀਜ਼ ਦੇ ਵਿੱਚ ਇਹਦੇ ਤੇ ਗੱਲਬਾਤ ਕਰਦੇ ਆ ਜੀ ਸੋ ਮਾਰਗੇਜ ਦੇ ਵਿੱਚ ਯੂਜ਼ਲੀ ਕੀ ਹੁੰਦਾ ਵੀ ਜੇ ਤੁਹਾਡੀ ਇਨਕਮ ਹੈਗੀ ਆ ਲੱਖ ਡਾਲਰ ਦੀ ਤਾਂ ਤੁਸੀਂ 4.5% ਦੇ ਮਤਲਬ 4.5 ਗੁਣਾ ਤੁਸੀਂ ਉਹਦਾ ਪਰਚੇਸ ਪ੍ਰਾਈਸ ਹੁੰਦਾ ਹੈ ਯੂਸੂਲੀ ਕਿ ਤੁਸੀਂ ਇੰਨਾ ਇੱਕ ਬੜਾ ਬਾਏ ਕਰ ਸਕਦੇ ਆ ਜੇ ਤੁਸੀਂ 1 ਲੱਖ ਡਾਲਰ ਕਮਾਰੇ ਤਾਂ ਤੁਸੀਂ 4.5 ਲੱਖ ਡਾਲਰ ਤੱਕ ਦਾ ਕਰ ਲੈ ਸਕਦੇ ਆ ਜਿਹੜੀ ਇੱਕ ਬੈਂਕ ਨੇ ਸਿਨੈਰੀਓ ਬਣਾਇਆ ਸੀ ਬਟ ਨੋਬਾਡੀ ਡੂ ਇਟ ਅਬ ਅਜਾਪਨ ਪਤਾ ਯਾਰ ਲੋਕ রাইਟ ਪਰ 4.5 ਲੱਖ ਚ ਘਰ ਵੀ ਨਹੀਂ ਆਉਂਦਾ ਯਾਰ ਹਾਂ 4.5 ਲੱਖ ਚ ਘਰ ਵੀ ਨਹੀਂ ਆਉਂਦਾ ਪਰ ਜੇ ਤੁਸੀਂ ਖਾਸ ਕਰਕੇ ਕੈਲਗਰੀ ਇਧਰ ਹੈਗੇ ਆ ਉੱਥੇ ਸ਼ਾਇਦ ਪਾਸੇ ਹੈਗੇ ਹੋ ਤੇ ਹੈ ਡੈਫੀਨਿਟਲੀ ਤੁਹਾਡੇ ਲਈ ਵਰਕ ਆਊਟ ਕਰ ਸਕਦੀ ਹੈ ਚੀਜ਼ ਪਰ ਜੇ ਖਾਸ ਕਰਕੇ ਇੰਟੈਰੀਅਰ ਦੀ ਗੱਲ ਕਰੀਏ ਤਾਂ ਮੇਨ ਜੀਡੀ ਆਰੀਏ ਦੇ ਵਿੱਚ ਇਹ ਜਿਹੜੇ ਨੰਬਰਸ ਐ ਇਕੁਏਸ਼ਨਸ ਬਹੁਤ ਉੱਪਰ ਥੱਲੇ ਹੋ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਲੋਨ ਆ ਤੁਹਾਡਾ ਸੋ ਮੰਨ ਲਓ ਜੇ ਕਈ ਵਾਰ ਤੁਸੀਂ ਸੁਣਿਆ ਹੋਣਾ ਵੀ ਲੋਕੀ ਅਕਸਰ ਕਹਿੰਦੇ ਆ ਵੀ ਜੇ ਤੁਸੀਂ ਘਰ ਲੈਣਾ ਪਹਿਲਾਂ ਕੋਈ ਕਾਰਨ ਨਾਲ ਲੋ ਲੋਨ ਨਾਲ ਲੋ ਉਹਦਾ ਰੀਜ਼ਨ ਇਹ ਹੁੰਦਾ ਵੀ ਜਦੋਂ ਤੁਸੀਂ ਕਿਸੇ ਵੀ ਲੋਨ ਦੀ ਪੇਮੈਂਟ ਕਰ ਰਹੇ ਹੋ ਖਾਸ ਕਰਕੇ 500 ਡਾਲਰ ਪਰ ਮੰਥ ਤੁਹਾਡੇ ਜਾ ਰਹੀ ਹੈ ਉਹ ਆਲਮੋਸਟ ਰੈਡੀ ਹੈ ਤੁਹਾਨੂੰ ਕਾਸਟ ਕਰ ਦਿੰਦੀ ਹੈ 1 ਲੱਖ ਡਾਲਰ ਦੀ ਮੌਰਗੇਜ ਦਾ ਰਾਈਟ ਜੇ ਹੁਣ ਮੰਨ ਲਓ ਤੁਸੀਂ 1 ਲੱਖ ਡਾਲਰ ਦੀ ਮੌਰਗੇਜ ਲਈ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ 500 550 ਡਾਲਰ ਦੇ ਕਰੀਬ-ਕਰੀਬ ਤੁਹਾਨੂੰ ਖਰਚਾ ਪੈਂਦਾ ਹੈ 1 ਲੱਖ ਡਾਲਰ ਦੀ ਮੌਰਗੇਜ ਦਾ ਪਰ ਹੁਣ ਕਿੱਥੇ ਤੁਸੀਂ 20000 ਡਾਲਰ ਦਾ ਲੋਨ ਗੱਡੀ ਦਾ ਚੱਕਿਆ ਹੁੰਦਾ ਜਿਹਦੀ ਤੁਸੀਂ 500 600 ਡਾਲਰ ਪੇਮੈਂਟ ਕਰ ਰਹੇ ਹੋ ਨੇ ਸਾਲ ਦੀ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਜਿਹੜੇ ਬੰਦੇ ਦੀ ਆ ਫਿਕਸ ਲਾਇਬਿਲਟੀ ਹੈ ਵੀ ਇਹਨੇ ਬੰਦੇ ਨੇ ਹੁਣ ਮਹੀਨੇ ਦਾ 500 ਡਾਲਰ ਕਾਰ ਲਈ ਦੇਣਾ ਦੇਣਾ ਸੋ ਉਹ ਤੁਹਾਡੇ ਜਿਹੜੀ ਪਰਚੇਸ ਪਾਵਰ ਆ ਉਹ ਤੇ 100% ਇੰਪੈਕਟ ਕਰਦਾ ਉਸ ਤੋਂ ਬਾਅਦ ਤੁਹਾਡਾ ਕ੍ਰੈਡਿਟ ਸਕੋਰ ਕਿੰਨਾ ਵਾ ਸੋ ਕ੍ਰੈਡਿਟ ਸਕੋਰ ਮਿਨੀਮਮ 650 ਕਹਿੰਦੇ ਆ ਸੋ ਜਿੰਨਾ ਉੱਪਰ ਹੋਏਗਾ ਉਨਾ ਬਿਹਤਰ ਆ ਕੁਝ ਉਥੋਂ ਤੁਹਾਨੂੰ ਪਤਾ ਲੱਗ ਜਾਂਦਾ ਕੁਝ ਖਾਸ ਕਰਕੇ ਇਨਾ ਕੰਡੀਆਂ ਦੇ ਵਿੱਚ ਇੰਡੀਆ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਪੈਸਾ ਤੇ ਲਏ ਦੇਣਾ ਹੁੰਦਾ ਬੰਦਾ ਸੌpasse ਪਤਾ ਕਰ ਲੈਂਦਾ ਭਈ ਇਹ ਬੰਦੇ ਦਾ ਲੈਣ ਦੇਣ ਕਿਦਾਂ ਤੁਸੀਂ ਮਹੱਲੇ ਚੋਂ ਤੁਸੀਂ ਪਿੰਡ ਚੋਂ ਪਤਾ ਕਰ ਲੈਂਦੇ ਹਨਾ ਪਰ ਇੱਥੇ ਕਿਸੇ ਨੂੰ ਪੁੱਛਦੇ ਨਹੀਂ ਕੁਝ ਇੱਥੇ ਦਾ ਗਵਰੰਟੀ ਗਵਰੰਟੀ ਨੂੰ ਨਹੀਂ ਜਾਣਦਾ ਹੁੰਦਾ ਪ੍ਰਿੰਗ ਨੇ ਇੱਕ ਬੜਾ ਸੋਫਿਸਟੀਕੇਟਡ ਟੂਲ ਬਣਾਇਆ ਜਿਵੇਂ ਐਕੋ ਇਫੈਕਟਸ ਹੋ ਗਿਆ, ਟ੍ਰਾਂਸ ਜੁਨੀਅਨ ਹੋ ਗਿਆ। ਕੋਈ ਵੀ ਕੰਪਨੀ ਜੇ ਤੁਸੀਂ ਖਾਸ ਕਰਕੇ ਫੋਨ ਲੈਣ ਜਾਓ, ਤੁਸੀਂ ਲੈਣ ਜਾਓ ਆਪਣਾ ਇੰਟਰਨੈਟ ਲੈਣ ਜਾਓ। ਸਾਨੀਆਂ ਕੰਪਨੀਆਂ ਕੋਲੇ ਐਕਸੈਸ ਹੁੰਦੀ ਹੈ ਕਿ ਕਿਸੇ ਵੀ ਤਰੀਕੇ ਦਾ ਉਹਨਾਂ ਨੂੰ ਕ੍ਰੈਡਿਟ ਤੁਹਾਨੂੰ ਦਿੰਦੇ ਆ ਤਾਂ ਉਹ ਤੁਹਾਨੂੰ ਇੱਕ ਵਾਰੀ ਤੁਹਾਡਾ ਰਿਪੋਰਟ ਪੂਲ ਜ਼ਰੂਰ ਕਰਦੇ ਆ ਵੀ ਦੇਖ ਤਾਂ ਲਈਏ ਇਹ ਬੰਦੇ ਨੂੰ ਆਪਾਂ ਜੇ ਕਿਸੇ ਵੀ ਤਰੀਕੇ ਦਾ ਲੋਨ ਦੇਣਾ ਵਾ ਤਾਂ ਇਸ ਬੰਦੇ ਕੋਲ ਐਲਿਸੋ ਦੀ ਕਪੈਸਿਟੀ ਹੋਵੇ ਪੇ ਕਰ ਲੈਣ ਦੇ ਦਾ ਲੈਣ ਦੇ ਨਾ ਸਿੱਧੀ ਕਲੀਅਰ ਹੈ ਸੋ ਕ੍ਰੈਡਿਟ ਸਕੋਰ ਬਹੁਤ ਇੰਪੋਰਟੈਂਟ ਸੋ ਕ੍ਰੈਡਿਟ ਸਕੋਰ ਬਹੁਤ ਜ਼ਰੂਰੀ ਹੁੰਦਾ ਆ ਸੋ ਜਿਨ੍ਹਾਂ ਤੁਹਾਡਾ ਕ੍ਰੈਡਿਟ ਸਕੋਰ ਹਾਈ ਹੋਏਗਾ 800 ਦੀ ਰੇਂਜ ਵਿੱਚ ਹੋਏਗਾ 850 ਦੀ ਰੇਂਜ ਵਿੱਚ ਹੋਏਗਾ ਉਹਨਾਂ ਨੂੰ ਇੱਕ ਪ੍ਰੋਡਕਟ ਦੇ ਉੱਤੇ ਇੱਕ ਬੈਟਰ ਆਪਸ਼ਨ ਮਿਲ ਜਾਂਦੀ ਹੈ ਕਿ ਵੇਰੇਟ ਰੇਟ ਆਫ ਇੰਟਰਸਟ ਤੁਹਾਨੂੰ ਬੈਟਰ ਮਿਲ ਜਾਂਦਾ ਆ ਸੋ ਇਹ ਨਹੀਂ ਆ ਕਿ ਬੈਂਕਾਂ ਤੁਹਾਨੂੰ ਹੋਰ ਪ੍ਰੋਮੋਸ਼ਨ ਦੇ ਦਿੰਦੀਆਂ ਨੇ ਇਹ ਸਿਰਫ ਇੰਟਰਸਟਡ ਵਗੈਰਾ ਚ ਕਨਸਿਡਰ ਕਰਦੇ ਨੇ ਜਾਂ ਫਿਰ ਥੋੜਾ ਲੋਨ ਵੀ ਬੈਟਰ ਬਾਉਂਡ ਦੇ ਸਕਦੇ ਨੇ ਨਹੀਂ ਹਾਂਜੀ ਕ੍ਰੈਡਿਟ ਜਿਹੜਾ ਰੇਟ ਆਫ ਇੰਟਰਸਟ ਤੇ ਵੀ ਕੁਝ ਨਾ ਕੁਝ ਫਾਇਦਾ ਤੋਂ ਨਮਰ ਸਕਦਾ ਹੋਇਆ ਇਹਦੇ ਤੇ ਰਿਪੈਂਡ ਹਰ ਇੱਕ ਬੈਂਕ ਦਾ ਪਾਲਿਸੀਸ ਅਲੱਗ ਨੇ ਹਰ ਇੱਕ ਬੈਂਕ ਕੋਲੇ ਡਿਫਰੈਂਟ ਪ੍ਰੋਡਕਟ ਹੁੰਦੇ ਨੇ ਉਹਨਾਂ ਦੇ ਜਿਹੜੇ ਮੈਟ੍ਰਿਕਸ ਹੁੰਦੇ ਆ ਉਹਨਾਂ ਵਿੱਚ ਕੋਈ ਨਾ ਕੋਈ 20 ਪਜਾ ਦਾ ਫਰਕ ਪੈ ਸਕਦਾ ਆਈ ਥਿੰਕ ਜੇ ਕੋਈ ਆਪਣੇ ਨਾਮ ਮਾਰਗੇਜ ਵਾਲਾ ਜੁੜਿਆ ਹੋਇਆ ਇਸ ਟਾਈਮ ਦੇ ਉੱਤੇ ਆਈ ਥਿੰਕ ਉਹ ਸ਼ਾਇਦ ਬੈਟਰ ਦੱਸ ਦੇਣ ਡਿਟੇਲ ਦੇ ਵਿੱਚ ਬਟ ਸਮ ਹਾਉ ਇੱਕ 1 ਪੁਆਇੰਟ ਦਾ ਕਹਿੰਦੇ ਇੰਪੈਕਟ ਜ਼ਰੂਰ ਪੈਂਦਾ ਹੈ ਤੇ ਇੱਕ ਕੁਐਸਚਨ ਹੋਰ ਮੇਰਾ ਇਨਕਮ ਤੇ ਜਦੋਂ ਆਪਾਂ 4.5x ਕਹਿੰਦੇ ਆ ਜੀ ਮਤਲਬ ਉਹ ਘਰ ਦਾ ਪਰਚੇਸ ਪ੍ਰਾਈਸ ਹੋਣਾ ਚਾਹੀਦਾ ਜਾਂ 4.5x ਜਿਹ ਆ ਗੋਟ ਕੁਐਸਚਨ ਭਾਜੀ ਆਈ ਥਿੰਕ ਇਹਦੇ ਤੇ ਮੈਂ ਹੁਣ ਥੋੜਾ ਕਨਫਿਊਜ਼ ਹੋ ਗਿਆ ਮੈਂ ਆਪ ਹੀ ਆਈ ਥਿੰਕ ਇਹ ਪਰਚੇਸ ਪ੍ਰਾਈਸ ਆ ਓਕੇ ਰਾਈਟ ਸੋ ਦੈਟ ਮੀਨਸ ਮਾਰਗੇਜ ਤਾਂ ਫਿਰ ਉਹੀ 3.5 19 ਵੀ ਸਾਢੇ 4.19 ਗੁਣਾ ਤੋਂ ਡਾੜਾ ਹੈਗਾ ਪਰ ਹੁਣ ਇਹ ਐਂ ਵੀ ਕਰਦਾ ਡਿਪੈਂਡ ਕਰਦਾ ਵੀ ਤੁਹਾਡਾ ਲੋਨ ਵਗੈਰਾ ਕੀ ਰੇਸ਼ੀਓਜ਼ ਕੀ ਹੈਗੇ ਨੇ ਸੋ ਗਿਵਨ ਟੇਕ ਤੁਹਾਡੇ ਕੋਲ ਦੋ ਤਿੰਨ ਚੀਜ਼ਾਂ ਮੈਟ੍ਰਿਕਸ ਹੁੰਦੇ ਜਿਨ੍ਹਾਂ ਦੇ ਆਧਾਰ ਤੇ ਉੱਤੇ ਤੁਸੀਂ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਰਾਈਟ ਸੋ